ਹਾਂਜੀ ਕਿਦਾਂ ਸਾਰੇ ਇਹ ਵੀਡੀਓ ਆ ਜੀ ਆਸਟ੍ਰੇਲੀਆ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਹੋਇਆ ਸੀ ਜੋ ਆਸਟ੍ਰੇਲੀਆ ਚ ਤੇ ਸਾਰੀ ਸੁਣਿਓ ਵੀਡੀਓ ਤੇ ਆਸਟ੍ਰੇਲੀਆ ਵਾਲਿਆਂ ਨੂੰ ਸਪੈਸ਼ਲ ਦਿਖਾਇਓ ਪਰ ਤੁਸੀਂ ਕਿਤੇ ਵੀ ਬਸਦੇ ਆ ਜਿੱਥੇ ਵੀ ਆ ਤੁਹਾਡੇ ਸਾਰਿਆਂ ਦੇ ਕੰਮ ਦੀ ਆ 15-20 ਮਿੰਟ ਦੀ ਵੀਡੀਓ ਹੋਣੀ ਪਰ ਇੰਟਰਸਟਿੰਗ ਬਹੁਤ ਜ਼ਿਆਦਾ ਆ ਤੇ ਸੁਣਿਓ ਜੀ ਸ਼ੁਰੂ ਕਰਦੇ ਆ ਆਸਟ੍ਰੇਲੀਆ ਦੇ ਇਤਿਹਾਸ ਚ ਪਹਿਲਾਂ ਹੁੰਦਾ ਸੀ ਕਿ ਜਦੋਂ ਲੋਟਰੀ ਨਿਕਲਦੀ ਸੀ ਤੇ ਨਾਂ ਮਤਲਬ ਆ ਜਾਂਦਾ ਸੀ ਖੁਆਰਾ ਤੇ ਸਾਰੇ ਪਾਸੇ ਤੇ 1960 ਚ ਆਸਟ੍ਰੇਲੀਆ ਦੇ ਇਤਿਹਾਸ ਚ ਇਦਾਂ ਦੀ ਗੱਲ ਹੋਈ ਜੋ ਫਹਾਕਾਰ ਮਚ ਗਈ ਸਾਰੇ ਦੇਖ ਚੋ ਕਿ ਜੀ ਸ਼ੁਰੂ ਕਰਦੇ ਆ ਆਪਰਾ ਹਾਊਸ ਆਪੇਰਾ ਹਾਊਸ ਜੋ ਵੀ ਸਿਡਨੀ ਚ ਬਣਦਾ ਪਿਆ ਸੀ 1959 ਚ ਉਹ ਸ਼ੁਰੂ ਹੋਇਆ ਤੇ ਬਣਿਆ 1973 ਚ ਸੀ ਹੈ ਨਾ 1959 ਜਦੋਂ ਬਣਨਾ ਸ਼ੁਰੂ ਹੋਇਆ ਤੇ ਸਰਕਾਰ ਨੇ ਇਹ ਕਿਹਾ ਪਈ ਖਰਚੇ ਵਧੀ ਜਾਂਦੇ ਜਿੰਨਾ ਅੰਦਾਜ਼ਾ ਲਾਇਆ ਸੀ ਖਰਚੇ ਕਿੱਦਾਂ ਪੂਰੇ ਹੋਊਗੇ ਤੇ ਉੱਥੇ ਦੀ ਸਰਕਾਰ ਨੇ ਲਾਟਰੀ ਕੀਤੀ ਪਈ ਲਾਟਰੀ ਚ ਨਾ ਪਾਓ ਲੋਕਾਂ ਨੂੰ 1 ਲੱਖ ਪਾਉਂਡ ਦਵਾਂਗੇ ਇਨਾਮ ਹਾਂਜੀ ਡਾਲਰ ਨਹੀਂ 1 ਲੱਖ ਪਾਉਂਡ ਪਈ ਆਸਟ੍ਰੇਲੀਆ ਚ ਤਾਂ ਡਾਲਰ ਚੱਲਦੇ ਪਾਉਂਡ ਕਿੱਦਾਂ ਉਹ ਵੀ ਤੁਹਾਨੂੰ ਸਾਰਾ ਦੱਸੂਗਾ ਸੁਣੋ ਤੇ 1 ਲੱਖ ਪਾਉਂਡ ਇਨਾਮ ਸੀ ਤੇ ਇਹ ਮੁੰਡਾ ਸੀ ਜਿਹਦਾ ਨਾਂ ਸੀ 8 ਸਾਲ ਦਾ ਤੇ ਇਸ ਦੇ ਪਿਤਾ ਜੀ ਦੀ ਲਾਟਰੀ ਲੱਗੀ 1 ਜੂਨ 1960 ਨੂੰ 1 ਲੱਖ ਪਾਉਂਡ ਦੀ ਤੇ ਤੁਹਾਨੂੰ ਦਿਖਾਉਣੇ ਅੱਗੇ ਤੇ ਇਸ ਬੰਦੇ ਦੀ ਲਾਟਰੀ ਲੱਗ ਗਈ ਜੀ 1 ਲੱਖ ਪਾਉਂਡ ਦੀ ਉਸ ਵੇਲੇ ਗ੍ਰਾਮ ਥਰੋਨ ਉਹ ਬੰਦੇ ਦਾ ਨਾਮ ਸੀ ਤੇ ਉਸ ਦੇ ਇਹਨਾਂ ਦੀ ਲਾਟਰੀ ਲੱਗ ਗਈ 1 ਲੱਖ ਪਾਉਂਡ ਦੀ 1 ਜੂਨ 1960 ਨੂੰ ਤੇ 1 ਜੁਲਾਈ 1960 ਨੂੰ ਇਹਨਾਂ ਨੂੰ ਇਨਾਮ ਮਿਲਣਾ ਸੀ ਹਾਂਜੀ ਤੇ ਸਾਰੇ ਪਾਸੇ ਖੁਆਰਾਂ ਚ ਸਰਕਾਰ ਨੇ ਸਾਰੇ ਪਾਸੇ ਕਰਤਾ ਵੀ ਆਹ ਬੰਦਾ ਆ ਇਹਦੀ ਲਾਟਰੀ ਲੱਗ ਗਈ 1 ਲੱਖ ਪਾਉਂਡ ਦੀ ਤੇ ਇੱਥੇ ਰਹਿੰਦਾ ਆ ਜੋ ਵੀ ਹੈ ਨਾ ਇਹ ਬੰਦੇ ਦਾ ਘਰ ਦਾ ਐਡਰੈਸ ਸਾਰਾ ਕੁਝ ਖ਼ਬਰਾਂ 'ਚ ਚਾਰੇ ਪਾਸੇ ਆ ਗਿਆ ਵੀ ਲਾਟਰੀ ਲੱਗ ਗਈ ਦੇਖ ਸਕਦੇ ਆ ਪਾਉਂਡ ਦਾ ਨਿਸ਼ਾਨ ਤੇ ਸਟਰੀਟ ਆਏ ਸ਼ਹਿਰ ਪਤਾ ਹੀ ਹੁਣ ਆਸਟ੍ਰੇਲੀਆ ਵਾਲਿਆਂ ਨੂੰ ਜਿੱਥੇ ਵੀ ਇਹ ਲੋਕੇਸ਼ਨ ਹੈ ਨਾ ਤੇ ਇਹਦਾ ਆ ਗਿਆ ਜੀ ਇਹ ਬੰਦੇ ਦੀ ਲਾਟਰੀ ਲੱਗ ਗਈ ਜੋ ਵੀ ਹੈ ਨਾ ਤੇ ਹੋ ਗਿਆ ਤੇ 7 ਜੁਲਾਈ ਨੂੰ ਜਦੋਂ ਇਹਨਾਂ ਨੂੰ ਨਾਮ ਮਿਲਣਾ ਸੀ ਉਸ ਦਿਨ ਸਵੇਰ ਨੂੰ ਉਹ ਜਿਹੜਾ ਨਿਆਣਾ ਗ੍ਰਾਮ ਥਰੋਨ ਉਹ ਸਕੂਲ ਲਈ ਨਿਕਲਿਆ 8 ਵਜੇ ਹੈ ਨਾ 8:30 ਵਜੇ ਉਸ ਨੂੰ ਪਿਕ ਕਰਦਾ ਹੁੰਦਾ ਸੀ ਉਸ ਦਾ ਇੱਕ ਅੰਕਲ ਸੁਮੇਤ ਤੇ ਸੁਮੇਥ ਜਦੋਂ ਪਿਕ ਕਰਨ ਗਿਆ ਤੇ ਗ੍ਰਾਮ ਉੱਥੇ ਨਹੀਂ ਸੀ ਹਾਂਜੀ ਤੁਸੀਂ ਦੇਖ ਸਕਦੇ ਆ ਰੂਟ ਟੇਕਨ ਬਾਇ ਗ੍ਰਾਮ ਥਰੂ ਥੋਰ ਐਡਵਰ ਸਟਰੀਟ ਤੇ ਪ੍ਰੋਸਿਸ ਸਟਰੀਟ ਬਲੈਂਕਟਨ ਸਟਰੀਟ ਜੋ ਵੀ ਹੈ ਨਾ ਇਹ ਸਾਰੀ ਲੋਕੇਸ਼ਨ ਵੀ ਉੱਥੇ ਦੀ ਦੱਸੀ ਹੋਆ ਭੀ ਜਿੱਥੋਂ ਗ੍ਰਾਮ ਜਾਂਦਾ ਹੁੰਦਾ ਸੀ ਤੇ ਸਮਿੱਤ ਜਦੋਂ ਉੱਥੇ ਗਿਆ 8:40 ਤੇ 8:30 ਤੇ ਪਿਕ ਕਰਦਾ ਹੁੰਦਾ ਸੀ ਲੇਟ ਹੋ ਗਿਆ ਥੋੜਾ 8:40 ਤੇ ਗਿਆ ਤੇ ਇਹ ਇਹ ਮੁੰਡਾ ਜੋ 8 ਸਾਲ ਦਾ ਸੀ ਉੱਤੇ ਨਹੀਂ ਸੀ ਤੇ ਉਹ ਘਰ ਵੀ ਉਹਦਾ ਨੇੜੇ ਹੀ ਸੀ ਮੁੰਡੇ ਦਾ ਤੇ ਉਹ ਮੁੰਡੇ ਦੇ ਘਰੇ ਗਿਆ ਅੰਕਲ ਸਮਿੱਤ ਉਹਦੇ ਘਰ ਦੇ ਨੂੰ ਪੁੱਛਿਆ ਉਹ ਫਿਰ ਕਹਿੰਦੇ ਵੀ ਤੇਰੇ ਨਾਲ ਨਹੀਂ ਗਿਆ ਕਹਿੰਦੇ ਨਹੀਂ ਉਹ ਸਕੂਲ ਪਹੁੰਚੇ ਸਕੂਲ ਵੀ ਪੁੱਛਿਆ ਕਹਿੰਦੇ ਸਕੂਲ ਤਾਂ ਮੁੰਡਾ ਆਇਆ ਹੀ ਨਹੀਂ ਜੀ ਤੇ ਉਹਨਾਂ ਨੇ ਪੁਲਿਸ ਕੋ ਰਿਪੋਰਟ ਕਰਾ ਦਿੱਤੀ ਤੇ ਪੁਲਿਸ ਕੋ ਰਿਪੋਰਟ ਕਰਾਈ ਦੇ ਨਾਲ ਹੀ 8:40 ਤੇ ਮੁੰਡੇ ਇਹਨਾਂ ਦੀ ਮਿਸਿੰਗ ਦੀ ਰਿਪੋਰਟ ਕਰਾਈ ਤੇ ਘੰਟੇ ਕੇ ਬਾਅਦ ਇਹਨਾਂ ਨੂੰ ਕਾਲ ਆ ਗਈ ਵੀ ਤੁਹਾਡਾ ਨਿਆਣਾ ਮੈਂ ਕਿਡਨੈਪ ਕਰ ਲਿਆ ਆ ਤੇ ਮੈਨੂੰ ਘੱਟੋ-ਘੱਟ 25000 ਪਾਉਂਡ ਤੁਸੀਂ ਦਿਓ ਤੇ ਤਾਂ ਤੁਹਾਡਾ ਨਿਆਣਾ ਤੁਹਾਨੂੰ ਮਿਲੇਗਾ ਤੇ ਅੱਗੇ ਦਿਖਾਉਣੇ ਆ ਜੀ ਤੇ 25000 ਪਾਉਂਡ ਮੈਨੂੰ ਦੋਤੇ ਮਿਲਗਾ ਕਿਉਂਕਿ ਜਦੋਂ ਘਰੇ ਕਾਲ ਆਈ ਤਾਂ ਉਦੋਂ ਤੱਕ ਕਰੇ ਪੁਲਿਸ ਇਹਨਾਂ ਦੇ ਆ ਚੁੱਕੀ ਸੀ ਤੇ ਕਾਲ ਜਿਹੜੀ ਚੱਕੀ ਸੀ ਇਹ ਗ੍ਰਾਮ ਦਾ ਡੈਡੀ ਇਹਨੇ ਨਹੀਂ ਚੱਕੀ ਤੇ ਕਾਲ ਪੁਲਿਸ ਵਾਲੇ ਨੇ ਚੱਕੀ ਤੇ ਉਹਨੇ ਗੱਲ ਕੀਤੀ ਹਾਂ 25000 ਉਹ ਸਮਝਾਈ ਗਿਆ ਪੁਲਿਸ ਵਾਲਿਆਂ ਨੂੰ ਗ੍ਰਾਮ ਦਾ ਡੈਡੀ ਸਮਝ ਕੇ ਵੀ ਹਾਂ ਵੀ ਇੱਥੇ ਆਜੋ ਤੁਹਾਨੂੰ 25000 ਰੁਪਆਉਂਡ ਦੇ ਦੋ ਮੈਨੂੰ ਤੇ ਆਪਣਾ ਨਿਆਲਾ ਲੈ ਜਾਓ ਜੋ ਵੀ ਹੈ ਨਾ ਇਹ মিডিਆ ਵਾਲੇ ਗ੍ਰਾਮ ਦੇ ਡੈਡੀ ਨੂੰ ਪੁੱਛਦੇ ਆ ਜੋ ਵੀ ਹੈ ਨਾ ਸਵਾਲ ਹਿਸਾਬ ਕਿਤਾਬ ਆ ਤੇ ਅੱਗੇ ਆਜੋ ਦਿਖਾਉਨੂ ਦਿਖਾਉਣਾ ਸਟੋਰੀ ਮਤਲਬ ਪਈ ਨਾ ਆਜਾ ਪਈ ਇਸ ਇਹ ਹਾਲਾសា ਇਦਾਂ ਦਾ ਸੀ ਕਿ ਸਾਰੇ ਆਸਟ੍ਰੇਲੀਆ ਦੀ ਪੁਲਿਸ ਉਸ ਸ਼ਹਿਰ ਦੀ ਆਰਮੀ ਵੀ ਲੱਗ ਗਈ ਸੀ ਤੇ ਸਿਡਨੀ ਦਾ ਅੰਡਰਵਰਲਡ ਵੀ ਉਹ ਨਿਆਣੇ ਨੂੰ ਲੱਭਣ ਲੱਗ ਗਿਆ ਸੀ ਤੁਸੀਂ ਦੇਖ ਸਕਦੇ ਆ ਇਹ ਉਸ ਸਮੇਂ ਦੀ ਫੋਟੋ ਕਿੰਨੀ ਪੁਲਿਸ ਇੱਕ ਨਿਆਣੇ ਨੂੰ ਲੱਭਦੀ ਪਈਆ ਕਿਉਂਕਿ ਇਸ ਤਰ੍ਹਾਂ ਆਸਟ੍ਰੇਲੀਆ ਦੇ ਇਤਿਹਾਸ ਚ ਕਦੀ ਹੋਇਆ ਨਹੀਂ ਸੀ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਦਾ ਕਨੈਪ ਹੋ ਗਿਆ ਨਿਆਣਾ 1960 ਦੀ ਗੱਲ ਆ ਪੈਸਿਆਂ ਲਈ ਕਨੈਪ ਹੋ ਗਿਆ ਹੁਣ ਚਾਰੇ ਪਾਸੇ ਪੁਲਿਸ ਨੇ ਖੋਜ ਸ਼ੁਰੂ ਕਰਤੀ ਉਹ ਬੰਦੇ ਦਾ ਕਾਲ ਆਈ ਜਾਵੇ ਇੱਥੇ ਆ ਜਾਓ ਜੀ ਇੱਥੇ ਆ ਜਾਓ 25000 ਪਾਉਂਡ ਮੈਨੂੰ ਦੇਜੋ ਤੇ ਆਪਣਾ ਨਿਆਣਾ ਲੈ ਜਾਓ ਓਕੇ ਜੀ ਤੇ ਪੁਲਿਸ ਲੱਭਦੀ ਰਹੀ ਲੱਭਦੀ ਰਹੀ ਕੁਛ ਲੱਭਿਆ ਨਹੀਂ ਤੇ ਅੱਗੇ ਫਿਰ ਲੱਭਿਆ ਕਿੱਦਾਂ ਪੁਲਿਸ ਨੂੰ ਕਿਸੇ ਨੇ ਟਿਪ ਦਿੱਤੀ ਭਈ ਉੱਥੇ ਕਿਉਂਕਿ ਉਸ ਵੇਲੇ ਇਨਾਮ ਵੀ ਰੱਖ ਦਿੱਤਾ ਗਿਆ ਸੀ ਤੇ ਬੌਲਸੋ ਨੂੰ ਕਿਸੇ ਨੇ ਟਿਪ ਦਿੱਤੀ ਪੀ ਅਸੀਂ ਇੱਕ ਫੋਰਡ ਕਾਰ ਦੇਖੀ ਉੱਥੇ ਜਾਂਦੀ ਨੇੜੇ ਤੇੜੇ ਹਨਾ ਇਸ ਕਲਰ ਦੀ ਮਤਲਬ ਇਹ ਮਾਡਲ ਤੇ ਇਹ ਕਲਰ ਫੋਰਡ ਕਾਰ ਉੱਥੇ ਜਾਂਦੀ ਦੇਖੀ ਆ ਤੇ ਪੁਲਿਸ ਦੀ ਜਾਂਚ ਸ਼ੁਰੂ ਹੋ ਗਈ ਪੀ ਇਹ ਫੋਰਡ ਕਾਰ ਕਿੱਥੋਂ ਮਿਲੇਗੀ ਕਿੱਦਾਂ ਹੋਗੀ ਹਨਾ ਤੇ ਪੁਲਿਸ ਨੂੰ ਨਿਆਣੇ ਦੀ ਕੈਪ ਜੋ ਸਕੂਲ ਦੀ ਕੈਪ ਹੁੰਦੀ ਉਹ ਵੀ ਮਿਲ ਗਈ ਇੱਕ ਜਗ੍ਹਾ ਤੋਂ ਤੇ ਹੋਰ ਕਈ ਕੁਸ਼ ਇਹ ਕਾਰਾਂ ਤੁਸੀਂ ਪੁਲਿਸ ਨੇ ਰਜਿਸਟ੍ਰੇਸ਼ਨ ਦੇਖੀ ਵੀ ਕਿੰਨੀਆਂ ਕਾਰਾਂ ਹੋਈਆਂ ਆ 270000 ਕਾਰਾਂ ਰਜਿਸਟ੍ਰੇਸ਼ਨ ਹੋਈਆਂ ਸੀ ਤੇ ਵਿੱਚੋਂ 5000 ਇਸ ਟਾਈਪ ਦੀਆਂ ਕਾਰਾਂ ਸੀ ਤੇ 5000 ਚ ਹੁਣ ਕਿੱਦਾਂ ਪਤਾ ਕਰਨਾ ਸੀ ਵੀ ਬਾਈ ਕਿਹੜੇ ਬੰਦੇ ਦੀ ਕਾਰ ਆ 5000 ਬੰਦਿਆਂ ਦੇ ਨਾਂ ਤੇ ਕਾਰਾਂ ਸੀ ਤੇ ਤੁਸੀਂ ਇਹ ਵੀ ਸੁਣੋ ਜਿਹੜੇ ਬੰਦੇ ਨੇ ਨਿਆਣਾ ਕੈਡਨੈਪ ਕੀਤਾ ਸੀ ਪੁਲਿਸ ਉਸਦੇ ਘਰ ਵੀ ਪੁੱਛਣ ਗਈ ਸੀ ਪਈ ਇੰਦਾ ਇੰਦਾ ਕੈਡਰੈਪ ਹੋਇਆ ਨਿਆਣਾ ਉਹ ਕੰਦਾ ਨਹੀਂ ਜੀ ਮੈਂ ਤਾਂ ਉੱਥੇ ਹੈ ਨਹੀਂ ਸੀ ਤੇ ਉਹ ਫੜ ਕਿਦਾਂ ਹੋਇਆ ਤੇ ਉਹ ਤੁਹਾਨੂੰ ਦਿਖਾਉਣਾ ਹੈ ਜੀ ਅੱਗੇ ਆ ਜਾਓ ਤੇ ਉਹਦੇ ਘਰੇ ਵੀ ਗਈ ਉਹ ਕੰਦਾ ਬਾਈ 270000 ਕਾਰਾਂ ਚੋਂ 5000 ਇਹ ਵਾਲੀਆਂ ਸੀ ਤੇ 5000 ਚੋਂ ਇੱਕ ਲੱਭਣਾ ਸੀ ਤੇ ਉਹ ਬੰਦਾ ਜੀ ਨੇ ਚੱਕਿਆ ਸੀ ਉਹਦੇ ਘਰੇ ਵੀ ਗਈ ਉਹ ਮਤਲਬ ਮੁਕਰ ਗਿਆ ਜੋ ਵੀ ਹੈ ਨਾ ਤੇ ਪੁਲਿਸ ਨੂੰ ਕਿਹੜਾ ਉਸਤੇ ਸ਼ੱਕ ਸੀ ਮੈਂ ਮਤਲਬ ਹੁਣ 5000 ਬੰਦੇ ਚੋਂ ਸ਼ੱਕ ਤਾਂ ਕਿਸੇ ਤੇ ਹੈ ਨਹੀਂ ਸੀ ਅਜੇ ਕੁਝ ਪਤਾ ਨਹੀਂ ਸੀ ਲੱਗਦਾ ਪਿਆ ਪੁਲਿਸ ਨੂੰ ਤੇ ਕਰੀਏ ਤੇ ਕਰੀਏ ਕੀ ਤੇ ਅੱਗੇ ਆ ਜਾਓ ਜੀ ਤੇ ਚਾਰੇ ਪਾਸੇ ਚਰਚੇ ਹੋ ਗਏ ਇਸ ਕੇਸ ਦੇ ਇਨਾਮ ਰੱਖ ਦਿੱਤਾ ਗਿਆ 5000 ਪਾਉਂਡ ਇਨਾਮ ਜੋ ਇਸ ਨੂੰ ਲੱਭੇਗਾ ਗ੍ਰਾਮ ਨੂੰ ਤੇ 15000 ਪਾਉਂਡ ਦੋ ਅਖਬਾਰਾਂ ਨੇ ਵੀ ਰੱਖਤਾ ਟੋਟਲ 20000 ਪਾਉਂਡ ਇਨਾਮ ਰੱਖ ਦਿੱਤਾ ਗਿਆ ਤੇ ਹਰ ਕੋਈ ਆਪਣਾ ਹੀਲਾ ਵਰਤ ਕੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਪਰ ਕਿਤੇ ਉਹ ਵੀ ਕੁਝ ਮਿਲਦਾ ਨਹੀਂ ਸੀ ਪਿਆ ਤੇ ਇੱਕ ਦਿਨ ਨਿਆਣੇ ਖੇលਦੇ ਪਏ ਸੀ ਕਿਤੇ ਉਹ ਯਾਰਡ ਚ ਦੋ ਨਿਆਣੇ ਤੇ ਉਹਨਾਂ ਨੂੰ ਕੋਈ ਬਲੈਂਕਟ ਜਿਹਨੂੰ ਆਪਾਂ ਕੰਬਲ ਕਹਿ ਦਿੰਨੇ ਆ ਉਹ ਮਿਲਿਆ ਪਿਆ ਤੇ ਉਹਨਾਂ ਨੇ ਆਪਣੇ ਘਰਦਿਆਂ ਨੂੰ ਦੱਸਿਆ ਨਹੀਂ ਦੂਜੇ ਦਿਨ ਦੱਸਿਆ ਤੇ ਉਹ ਕੰਬਲ ਤੋਂ ਕਿਸ ਤਰ੍ਹਾਂ ਫੜ ਹੋਇਆ ਤੇ ਤੁਹਾਨੂੰ ਦਿਖਾਉਨੇ ਆ ਜੀ ਤੇ ਦੇਖ ਸਕਦੇ ਆ ਪੁਲਿਸ ਨੂੰ ਕੰਬਲ ਮਿਲਿਆ ਸੀ ਤੇ ਨਿਆਣਿਆਂ ਨੇ ਤੇ ਇਸ ਕੰਬਲ ਚ ਮਤਲਬ ਨਾ ਭਈ ਉਹਦੀ ਗ੍ਰਾਮ ਦੀ লাশ ਮਿਲੀ ਸੀ ਤੇ ਕੰਬਲ ਤੋਂ ਕਿਸ ਤਰ੍ਹਾਂ ਜੋ ਵੀ ਦੋਚੀ ਫੜ ਹੋਇਆ ਸੀ ਨਾ ਭਈ ਉਹ ਤਾਂ ਲਾਸ਼ ਜਿੱਥੋਂ ਮਿਲੀ ਮਤਲਬ ਨੇੜੇ ਤੇੜੇ ਨਹੀਂ ਸੀ ਯਾਰ ਜਿੱਥੇ ਸਿੱਟੀ ਹੋ ਸੀ ਤੇ ਰਿਪੋਰਟ ਤੋਂ ਪਤਾ ਲੱਗਾ ਵੀ 24 ਘੰਟੇ ਚ ਇਹ ਨਿਆਣਾ ਮਰ ਚੁੱਕਾ ਸੀ ਨਾ ਜਦੋਂ ਨਿਆਣੇ ਨੂੰ ਚੱਕਿਆ ਗਿਆ ਉਹ ਮਰ ਚੁੱਕਾ ਸੀ 24 ਘੰਟੇ ਦੇ ਵਿੱਚ ਵਿੱਚ ਹੀ ਉਸਨੇ ਮਤਲਬ ਆਪਣੇ ਲੋ ਉਹਨੇ ਮਾਰਿਆ ਨਹੀਂ ਸੀ ਕਿਸ ਤਰ੍ਹਾਂ ਵੀ ਉਸਨੇ ਕਨੈਪ ਕਰਕੇ ਡਿੱਗੀ ਚ ਸਿੱਟਿਆ ਹੋਇਆ ਸੀ ਸਾਹ ਕੁੱਟਣ ਨਾਲ ਜਿਸ ਤਰ੍ਹਾਂ ਵੀ ਜੋ ਵੀ ਹੈ ਨਾ ਤੇ ਦੇਖ ਸਕਦੇ ਆ ਤੁਸੀਂ ਤੇ ਇਸ ਕੰਬਲ ਚ ਲਪੇਟਿਆ ਹੋਇਆ ਸੀ ਨਿਆਣਾ ਤੇ ਇਸ ਤਰ੍ਹਾਂ ਇਸ ਤੋਂ ਕਿਸ ਤਰ੍ਹਾਂ ਦੋਚੀ ਨੂੰ ਪੁਲਿਸ ਨੇ ਕਾਬੂ ਕੀਤਾ ਉਹ ਦਿਖਾਉਣੇ ਤੁਹਾਨੂੰ ਆ ਜਾਓ ਇਹ ਮਿਲਿਆ ਸੀ ਇਸ ਤਰ੍ਹਾਂ ਉਹ ਜਿਹੜਾ ਕੰਬਲ ਮਿਲਿਆ ਸੀ ਇਸ ਤਰ੍ਹਾਂ ਦੇ ਕਈ ਹਜ਼ਾਰ ਕੰਬਲ ਕੰਬਲ ਤੇ ਨੰਬਰ ਲਿਖਿਆ ਹੋਇਆ ਸੀ ਕੰਬਲ ਦਾ ਨਾ ਭਈ ਕਿਹੜਾ ਨੰਬਰ ਵਾਲਾ ਕੰਬਲ ਹੈ ਹਨਾ ਤੇ ਕੰਬਲ ਮਤਲਬ ਹਜ਼ਾਰਾਂ ਦੇ ਹਿਸਾਬ ਨਾਲ ਬਣੇ ਸੀ ਤੇ ਕਿੰਨੇ ਹਜ਼ਾਰ ਬਣੇ ਸੀ ਤੇ ਇਹ ਦਰਖਤ ਵਿੱਚ ਕਿੱਥੋਂ ਆ ਗਿਆ ਉਸ ਕੰਬਲ ਦੇ ਉੱਤੇ ਇਸ ਦਰਖਤ ਦੇ ਕੁਝ ਅੰਸ਼ ਮਲੇ ਇੱਕ ਹੋਰ ਦਰੰਗ ਤੁਹਾਨੂੰ ਦਿਖਾਉਣਾ ਉਸ ਕੰਬਲ ਤੇ ਮਿਲਿਆ ਕੀ ਉਸ ਕੰਬਲ ਤੇ ਕੁੱਤੇ ਦੇ ਵਾਲ ਮਲੇ ਔਰਤ ਦੇ ਵਾਲ ਮਲੇ ਇਹ ਦਰਖਤ ਦੇ ਕੁਝ ਪੱਤੇ ਲਾ ਲਓ ਜਿਸ ਤਰ੍ਹਾਂ ਵੀ ਜੋ ਵੀ ਹੈ ਨਾ ਉਹ ਮਿਲਿਆ ਤੇ ਇੱਕ ਹੋਰ ਦਰਖਤ ਤੋਂ ਦੋਨਾਂ ਦਾ ਮਿਲਿਆ ਕਿਉਂਕਿ ਇਸ ਤਰ੍ਹਾਂ ਦੇ ਦਰਖਤ ਉਸ ਸ਼ਹਿਰ ਚ ਬਹੁਤ ਜ਼ਿਆਦਾ ਸੀ ਕਿੱਦਾਂ ਪਤਾ ਲੱਗਦੇ ਵੀ ਕਿਹੜਾ ਦਰਖਤ ਹੈ ਹੈ ਨਾ ਤੇ ਉਹ ਜਿਹੜਾ ਕੰਬਲ ਸੀ ਉਹਦਾ ਨੰਬਰ ਸੀਗਾ 0639 ਹਾਂ ਉਸ ਤਰ੍ਹਾਂ ਦੇ 3000 ਤੋਂ ਜ਼ਿਆਦਾ ਕੰਬਲ ਬਣਾਏ ਗਏ ਸੀਗੇ ਤੇ ਪੁਲਿਸ ਨੇ ਸਾਰਾ ਚੈੱਕ ਕੀਤਾ ਕਿ ਕਿੱਥੇ ਬਣੇ ਕਿੱਦਾਂ ਬਣੇ 6 ਜੂਨ 1955 ਤੋਂ ਲੈ ਕੇ 19 ਜਨਵਰੀ 1956 ਤੱਕ ਉਹ ਜਿਹੜਾ ਕੰਬਲ ਮਿਲਿਆ ਉਹ ਵਾਲੇ ਬਣਾਏ ਗਏ ਸੀ ਤੇ ਮਹਿਲਪੁਰਨ ਚ ਬਣੇ ਸੀਗੇ ਹਨਾ ਤੇ ਤੁਹਾਨੂੰ ਨਾਲ ਤੁਹਾਨੂੰ ਇਹ ਕਿਹ ਵੀ ਦਰਖਤ ਹੈ ਉੱਥੇ ਹੀ ਹੁੰਦਾ ਉਸੇ ਸ਼ਹਿਰ 'ਚ ਕਿਤੇ ਹੈ ਨਾ ਨਾਂ ਤਾਂ ਮੈਨੂੰ ਪਤਾ ਨਹੀਂ ਔਖੇ ਜਿਹਾ ਤੇ ਇਹਨਾਂ ਦੋਨਾਂ ਦਰਖਤਾਂ ਦੇ ਉਸ ਕੰਬਲ ਤੇ ਅੰਛ ਮਿਲੇ ਉਹ ਜਿਹੜਾ ਪਹਿਲਾ ਦਰਖਤ ਸੀ ਉਹ ਤਾਂ ਮਤਲਬ ਸਾਰੇ ਘਰਾਂ 'ਚ ਸੀ ਪਰ ਇਹ ਵਾਲਾ ਦਰਖਤ ਕੁਝ ਘਰਾਂ 'ਚ ਸੀ ਹੁਣ ਪੁਲਿਸ ਦਾ ਦਿਮਾਗ ਇੱਧਰ ਸੀ ਕੰਬੀਨੇਸ਼ਨ ਬਈ ਫੋਰਡ ਕਾਰ ਉਸ ਰੰਗ ਦੀ ਟਿਊ ਵਾਲਾ ਦਰਖਤ ਕਿਸੇ ਦੇ ਘਰੇ ਹੋਵੇ ਤੇ ਇਹ ਵਾਲਾ ਵੀ ਦਰਖਤ ਹੋਵੇ ਦੋਨੇ ਦਰਖਤ ਕਿਸੇ ਘਰੇ ਹੋਣ ਉਸੇ ਰੰਗ ਦੀ ਕਾਰ ਹੋਵੇ ਕੁੱਤਾ ਹੋਵੇ ਇੱਕ ਔਰਤ ਹੋਵੇ ਜਿਸਦੇ ਬਲੌਂਡ ਵਾਲ ਕਹਿ ਸਕਦੇ ਹਣਾ ਤੇ ਉਹ ਪੁਲਿਸ ਦਾ ਹੁਣ ਇਸ ਪਾਲ ਚ ਸੀ ਤੇ ਹੁਣ ਜਿੱਦਾਂ ਇਨਾਮ ਰੱਖਿਆ ਹੋਇਆ ਸੀ 5000 ਸਰਕਾਰ ਵੱਲੋਂ 15000 ਤੇ ਦੋ ਖਵਾਰਾਂ ਨੇ 20000 ਪਾਉਂਡ ਇਨਾਮ ਸੀ ਤੇ ਲੋਕ ਫਿਰ ਮਤਲਬ ਵੀ ਇਨਾਮ ਲਈ ਵੀ ਦੇਖਦੇ ਸੀ ਆਲਾ ਦਵਾਲਾ ਤੇ ਪੁਲਿਸ ਨੂੰ ਟਿਪ ਕਿੱਥੋਂ ਮਿਲੀ ਪੁਲਿਸ ਨੂੰ ਟਿਪ ਮਿਲੀ ਇੱਕ ਡਾਕੀਏ ਤੋਂ ਡਾਕੀਏ ਨੇ ਇੱਕ ਨੇ ਟਿਪ ਦਿੱਤੀ ਵੀ ਜੋ ਪੁਲਿਸ ਦੀ ਜਾਂਚ ਚ ਕਹਿ ਰਹਿਆ ਪੀਸ ਰੰਗ ਦੀ ਕਾਰ ਵੀ ਉੱਥੇ ਦੇਖੀ ਕੁੱਤਾ ਵੀ ਔਰਤ ਵੀ ਉਹਨਾਂ ਵਾਲਾਂ ਵਾਲੀ ਤੇ ਦਰਖਤ ਵੀ ਹੈਨਾ ਤੇ ਪੁਲਿਸ ਪਹੁੰਚੀ ਜੀ ਉੱਥੇ ਤੁਸੀਂ ਦੇਖੋ ਜਲਾਈ ਚ ਜੁਲਾਈ 7 ਜੁਲਾਈ ਨੂੰ ਮੁੰਡਾ ਕਨੈਪ ਹੋਇਆ ਸੀ ਤੇ ਪੁਲਿਸ ਦੀ ਜਾਂਚ ਕਰਦੀ 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 3 ਅਕਤੂਬਰ ਨੂੰ ਉਸੇ ਘਰ ਪਹੁੰਚੀ ਪੁਲਿਸ ਨੂੰ ਜਦੋਂ ਪਤਾ ਲੱਗਾ 7 ਜੁਲਾਈ ਤੋਂ ਲੈ ਕੇ ਅੱਗੇ ਤੋਂ ਸੁਖਣਾ 7 ਜੁਲਾਈ ਤੋਂ ਲੈ ਕੇ 3 ਅਕਤੂਬਰ ਨੂੰ ਘਰ ਪਹੁੰਚੀ ਪਰ ਉਸ ਘਰੇ ਕੋਈ ਹੈ ਨਹੀਂ ਸੀ ਕਿਉਂਕਿ ਇਹ ਜਿਹੜਾ ਬੰਦਾ ਕੈਡਨੈਪਰ ਹੈ ਨਾ ਇਹ 26 ਸਤੰਬਰ ਨੂੰ ਆਸਟ੍ਰੇਲੀਆ ਛੱਡ ਚੁੱਕਾ ਸੀ ਇੱਕ ਸ਼ਿਪ ਚੱਲਦਾ ਸੀ ਹਿਮਾਲਿਆ ਉਸਤੇ ਉੱਥੋਂ ਜਾ ਚੁੱਕਾ ਸੀ ਇਸ ਨੂੰ ਪਤਾ ਸੀ ਪੁਲਿਸ ਨੇ ਕਰ ਲੈਣਾ ਮੈਨੂੰ ਕਾਬੂ ਤੇ ਇਸ ਨੂੰ ਕਾਬੂ ਕੀਤਾ ਗਿਆ 10 ਅਕਤੂਬਰ ਨੂੰ ਸ਼੍ਰੀਲੰਕਾ ਤੋਂ ਉਹ ਸ਼ਿਪ ਜਿਹੜਾ ਹਮਲਿਆ ਇਹ ਤੁਸੀਂ ਦੇਖ ਸਕਦੇ ਆ ਤੇ ਇਸ ਨੂੰ ਇਹ ਸੀਗਾ ਬ੍ਰੈਂਡਲੇ ਬੰਦੇ ਦਾ ਨਾਂ ਇਹ ਯੂਰਪ ਦਾ ਸੀ ਤੇ ਇਸ ਨੂੰ 10 ਅਕਤੂਬਰ ਨੂੰ ਉੱਥੋਂ ਕਾਬੂ ਕੀਤਾ ਗਿਆ ਤੇ ਮੁੜ ਕੇ ਆਸਟ੍ਰੇਲੀਆ ਲਿਆਂਦਾ ਗਿਆ ਤੇ ਇਸ ਨੂੰ ਜੋ ਵੀ ਪੁੱਛਿਆ ਗਿਆ ਵੀ ਬਾਈ ਕੀ ਚੱਕਰ ਆ ਕਿਉਂ ਗੈਟਨਾਪ ਕੀਤਾ ਜੋ ਵੀ ਆ ਤੇ ਇਸ ਨੇ ਦੱਸਿਆ ਵੀ ਮੇਰੇ ਤਿੰਨ ਵਿਆਹ ਹੋ ਗਏ ਆ ਨਿਆਣੇ ਆ ਜਾਦਾ ਜੂ ਵੀ ਹੈ ਨਾ ਵੀ ਪੈਸੇ ਦੀ ਕਮੀ ਸੀ ਤੇ ਉਸ ਕਰਕੇ ਮੈਂ ਕਰਨਾਪ ਕੀਤਾ ਤੇ ਮੇਰਾ ਉਸ ਨੂੰ ਮਾਰਨ ਦਾ ਕੋਈ ਮਨਛਾ ਨਹੀਂ ਸੀ ਮਰ ਗਿਆ ਮਤਲਬ ਨਾ ਵੀ ਗਲਤੀ ਨਾਲ ਹੀ ਇਸ ਤੋਂ ਮਰ ਗਿਆ ਸੀ ਤੇ 1960 ਦੀ ਇਹ ਗੱਲ ਸੀ ਤੇ ਇਸ ਨੂੰ ਬਾਅਦ ਚ ਸਜ਼ਾ ਹੋਈ ਸਖਤ ਤੋਂ ਸਖਤ ਜਿਹੜੀ ਹੋ ਸਕਦੀ ਸੀ ਬ੍ਰੈਡਲੇਸ ਦਾ ਨਾਂ ਸੀ ਤੇ ਯੂਰਪੀਅਨ ਬੰਦਾ ਸੀ ਤੇ ਪਹਿਲੀ ਗੱਲ ਤਾਂ ਇਹਦਾ ਐਕਸੈਂਟ ਸੀ ਜਦੋਂ ਇਹਨੇ ਕਾਲ ਕੀਤੀ ਸੀ ਪਹਿਲੀ ਕਨੈਪ ਕਰਕੇ ਉਸ ਤੋਂ ਹੀ ਪੁਲਿਸ ਨੂੰ ਸ਼ੱਕ ਹੋ ਗਿਆ ਸੀ ਕਿ ਕੋਈ ਆਸਟ੍ਰੇਲੀਅਨ ਨਹੀਂ ਕੋਈ ਹੋਰ ਬੰਦਾ ਆਇਆ ਮਤਲਬ ਨਾ ਭਈ ਹੋਰ ਦੇਸ਼ ਦਾ ਜੋ ਵੀ ਹੈ ਨਾ ਯੂਰਪੀਅਨ ਸੀ ਬ੍ਰੈਡਲੇ ਤੇ ਇਸਨੇ ਕਿਹਾ ਭਈ ਖਰਚੇ ਵੱਧ ਸੀਗੇ ਮੇਰੇ ਤਿੰਨ ਵਿਆਹ ਹੋਏ ਸੀ ਜੋ ਵੀ ਹੈ ਨਾ ਤੇ ਇਸ ਲਈ ਮੈਂ ਕਨੈਪ ਕੀਤਾ ਸੀ ਤੇ ਇਸ ਨੂੰ ਕਨੈਪ ਵਾਲੀ ਜਿਹੜੀ ਜੋ ਵੀ ਘਟਨਾ ਸੀ ਉਹ ਕਿਸ ਤਰ੍ਹਾਂ ਇਸਨੇ ਬਣਾਈ ਇਸਨੇ ਬਣਾਈ ਪਿਉਜਟ ਪਿਉਜਟ ਜੋ ਵੀ ਇਸ ਤਰ੍ਹਾਂ ਦੀ ਕਾਰ ਹੈ ਇੱਕ ਬ੍ਰਾਂਡ ਆ ਪੈਰਿਸ ਦਾ ਤੇ ਉਸ ਕਾਰ ਦਾ ਮਾਲਕ ਦਾ ਪੁੱਤ ਘਟਨਾਪ ਹੋਇਆ ਸੀ ਉਹ ਵੀ ਤੁਹਾਨੂੰ ਸਟੋਰੀ ਸੁਣਾਉਂਗਾ ਇਹਦੇ ਬਾਰੇ ਵੀ ਦੱਸਿਓ ਇਸ ਤਰ੍ਹਾਂ ਦੀ ਸਟੋਰੀ ਪਹਿਲੀ ਵਾਰ ਸੁਲਾਈ ਆ ਥੋੜਾ ਮਤਲਬ ਭਈ ਜਿੱਦਾਂ ਵੀ ਅੱਗੇ ਮੈਂ ਵੀਡੀਓ ਕਰਦਾ ਹੁੰਦਾ ਹੁੰਦਾ ਉਹ ਵੀ ਨਹੀਂ ਸੀ ਥੋੜਾ ਨਰਵਸ ਜਿਹਾ ਵੀ ਸੀ ਆਪਣੇ ਵਿਚਾਰ ਜ਼ਰੂਰ ਦਿਓ ਕਿਸ ਤਰ੍ਹਾਂ ਦੀ ਲੱਗੀ ਤੇ ਉਹ ਵੀ ਸੁਣਾਉਂਗਾ ਜਸਟ ਜਿਸ ਘਟਨਾ ਤੋਂ ਇਹ ਪ੍ਰਭਾਵਿਤ ਹੋ ਕੇ ਇਸਨੇ ਉਹ ਨਿਆਣਾ ਚੱਕਿਆ ਸੀ ਤੇ ਇਸ ਨੂੰ ਸ਼੍ਰੀਲੰਕਾ ਕੋਲੰਬੋ ਤੋਂ ਵਾਪਸ ਆਸਟ੍ਰੇਲੀਆ ਲੈ ਅੰਦਾ ਗਿਆ ਜੇਲ ਹੋਈ ਤੇ 1968 ਚ ਇਸ ਦੀ ਬ੍ਰੈਡਲੇ ਦੀ ਮੌਤ ਤੇ ਹੁਣ ਨਤੀਜਾ ਕੀ ਨਿਕਲਿਆ ਤੇ ਪੌਂਡ ਦੀ ਵੀ ਗੱਲ ਕਰਦੇ ਆਂ ਵੀ ਪੌਂਡ ਕਿਦਾਂ ਆਸਟ੍ਰੇਲੀਆ ਚ ਤਾਂ ਡਾਲਰ ਚੱਲਦੇ ਤੇ ਹੁਣ ਪੁਲਿਸ ਨੇ ਇਸ ਨੂੰ ਕਾਬੂ ਕਿਦਾਂ ਕੀਤਾ ਸੀ ਕੰਬਲ ਤੋਂ ਕੰਬਲ ਨੂੰ ਲੱਗਿਆ ਸੀ ਜੋ ਦਰਖਤਾਂ ਦੇ ਦੋਨਾਂ ਦਰਖਤਾਂ ਦੇ ਕੋਸ਼ਾਂਚ ਕੁੱਤੇ ਦੇ ਵਾਲ ਤੇ ਔਰਤ ਦੇ ਵਾਲ ਬਲੌਂਡ ਵਾਲ ਜੋ ਵੀ ਹੈ ਨਾ ਤੇ ਹੋਰ ਮਤਲਬ ਦੇਖ ਲਓ ਵੀ ਕੰਬਲ ਦਾ ਪੁਲਿਸ ਨੇ ਚੈੱਕ ਕੀਤਾ ਕੰਬਲ ਦਾ ਕਿੰਨਾ ਨੰਬਰ ਆ ਕਿੱਥੇ ਬਣਿਆ ਆ ਕਿਹਨੇ ਖਰੀਦਿਆ ਸੀ ਕਿਹਨੇ ਕਿਹ ਨੂੰ ਦਿੱਤਾ ਸੀ ਕਿੱਥੋਂ ਕਿੱਥੋਂ ਦੀ ਕਿੱਥੋਂ ਮਤਲਬ ਨਾ 7 ਜੁਲਾਈ ਤੋਂ ਲੈ ਕੇ 3 ਅਕਤੂਬਰ ਤੱਕ ਕਹਿੰਦਾ ਮਤਲਬ ਆਸਟ੍ਰੇਲੀਆ ਦੇ ਇਤਿਹਾਸ ਚ ਇਹ ਮਤਲਬ ਬਹੁਤ ਜ਼ਿਆਦਾ ਮਸ਼ਹੂਰ ਘਟਣਾ ਇਸ ਤੋਂ ਬਾਅਦ ਆਸਟ੍ਰੇਲੀਆ ਚ ਕੋਈ ਵੀ ਹੁਣ ਜੇ ਕਿਸੇ ਦਾ ਨਾਮ ਨਿਕਲਦਾ ਉਹ ਜੇ ਚਾਵੇ ਤਾਂ ਆਪਣਾ ਨਾਮ ਵੀ ਕਹਿੰਦਾ ਵੀ ਨਹੀਂ ਦੱਸਣਾ ਉਹ ਕਰ ਸਕਦਾ ਤੇ ਹੁਣ ਗੱਲ ਹੈਗੀ ਆ ਵੀ ਜਾਂਦਾ ਜਾਂਦਾ ਡਾਲਰ ਪੌਂਡ ਦੀ ਵੀ ਗੱਲ ਦੱਸਦਾਂ ਆ অস্ট্রেলিয়ান ਡਾਲਰ ਸਟਾਰਟ ਹੋਇਆ ਜੀ ਵੈਲੈਂਟਾਈਨ ਦੇ 1964 ਚ ਆ ਜਿਹੜਾ ਮਹੀਨਾ ਚੱਲਦਾ 14 ਤਰੀਕ ਨੂੰ 1964 ਚ অস্ট্রেলিয়ান ਡਾਲਰ ਸ਼ੁਰੂ ਹੋਇਆ ਉਸ ਤੋਂ ਪਹਿਲਾਂ 1910 ਤੋਂ ਲੈ ਕੇ 1964 ਤੱਕ ਆਸਟ੍ਰੇਲੀਆ ਚ ਆਸਟ੍ਰੇਲੀਅਨ ਪੌਂਡ ਚੱਲਦਾ ਸੀ ਜੋ ਸਾਰਾ ਕੁਝ ਸਾਨੂੰ ਦਿਖਾਇਆ ਇਸ ਲਈ ਨਾਮ ਵੀ 5000 ਪੌਂਡ ਸੀ ਤੇ ਇਹਨੇ ਮੰਗਿਆ ਵੀ 25000 ਇਸ ਬੰਦੇ ਨੇ ਪੌਂਡ ਨਾ ਮੰਗਿਆ ਸੀ ਤੇ ਉਹਨਾਂ ਨੂੰ ਨਿਕਲਿਆ ਵੀ 1 ਲੱਖ ਪੌਂਡ ਸੀ ਸੋ ਸਾਰਾ ਕੁਝ ਫੌਂਡਾਂ ਚ ਸੀ ਤੇ ਦੱਸਿਓ ਆਪਣੇ ਵਿਚਾਰ ਦਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਇਸ ਤਰ੍ਹਾਂ ਦੀਆਂ ਹੋਰ ਵੀ ਮਤਲਬ ਨਾ ਭਈ ਜੋ ਵੀ ਆ ਦੁਰਘਟਨਾਵਾਂ ਸੰਸਾਰ 'ਚ ਬਹੁਤ ਕੁਝ ਬੀਤਦੀਆਂ ਤੇ ਬੀਤੀ ਜਾਣੀਆਂ ਤੇ ਸਾਰੀਆਂ ਕਰੂੰਗਾ ਤੇ ਇਹ ਗੱਲ ਕਹਿਣਾ ਚਾਹਣਾ ਬਈ ਆਪਣੇ ਆਸਟ੍ਰੇਲੀਆ ਦਾ ਸਾਰੇ ਕਦਾ ਦੋਸਤ ਮਿੱਤਰ ਆਸਟ੍ਰੇਲੀਆ ਜਿਹਦਾ ਹੈਗਾ ਯਾ ਉਹਨਾਂ ਨੂੰ ਟੈਗ ਕਰਿਓ ਉਹਨਾਂ ਨੂੰ ਜ਼ਰੂਰ ਦਿਖਾਓ ਆਸਟ੍ਰੇਲੀਆ ਵਾਲਿਆਂ ਨੂੰ ਵੈਸੇ ਵੀ ਸਾਰੇ ਪਾਸੇ ਦਿਖਾਓ ਮਤਲਬ ਵਧੀਆ ਲੱਗੀ ਮੈਨੂੰ ਆਪਣੇ ਆਪ ਨੂੰ ਥੋੜੀ ਪੇਸ਼ ਕਸ਼ ਮਿੱਤੋ ਉਸ ਤਰੀਕੇ ਨਾਲ ਨਹੀਂ ਹੋ ਸਕੀ ਮੈਨੂੰ ਆਪਣਾ ਪਤਾ ਲੱਗ ਜਾਂਦਾ ਆ ਤੇ ਚਲੋ ਕੋਈ ਨਹੀਂ ਹੌਲੀ ਹੌਲੀ ਬੰਦਾ ਸਿੱਖਦਾ ਤੇ ਹੋਰ ਜੇ ਕੋਈ ਸਟੋਰੀ ਲਿਆਵਾਂਗੇ ਤੇ ਘੈੜ ਜੀ ਬਣਾ ਕੇ ਪੇਸ਼ ਕਰਾਂਗੇ ਤੇ ਦੱਸਿਓ ਵਿਚਾਰ ਦਿਓ ਕਿਸ ਤਰ੍ਹਾਂ ਦੀ ਲੱਗੀ ਇਹ ਸਟੋਰੀ ਤੇ ਸ਼ੇਅਰ ਜ਼ਰੂਰ ਕਰਦੇ ਹੋ ਹਰੇ ਕਨਾਲ ਨਾਲ ਤੇ ਹੌਸਲਾ ਮਿਲਦਾ ਵਿਚਾਰ ਜ਼ਰੂਰ ਦਿਓ ਤੁਹਾਡੇ ਕਮੈਂਟ ਰੀਡ ਕਰਕੇ ਹੋਰ ਵਧੀਆ ਕਰਨ ਦਾ ਹੌਸਲਾ ਮਿਲਦਾ ਤੇ ਬਾਕੀ ਜਾਂਦੇ ਜਾਂਦਾ ਇੱਕ ਗੱਲ ਰਾਤੀ 1 ਵਜੇ ਲਾਈਵ ਸੀ ਹੈਨਾ ਮਤਲਬ ਵੀ ਸੋਚਦਾ ਸੀ ਕਿਉਂ ਆਏ ਕਿੱਦਾਂ ਆਇਓ ਮੈਂ ਪੋਸਟ ਡਿਲੀਟ ਕਰਤੀ ਉਹ ਕੱਲ ਨੂੰ ਕਰੂੰਗਾ ਤਸੱਲੀ ਨਾਲ ਵੀ ਕਿਹੜੀਆਂ ਚੀਜ਼ਾਂ ਮੇਰਾ ਮਨ ਭਟਕਾਉਂਦੀਆਂ ਆ ਤੁਹਾਨੂੰ ਇਹਦੇ ਫੋਟੋ ਮੈਂ ਦਿਖਾ ਕੇ ਚੰਗੀ ਤਰ੍ਹਾਂ ਵਿਸਤਾਰਪੂਰਵਕ ਵਰਣਨ ਕਰਾਂਗੇ ਤੇ ਹੱਸਦੇ ਰਹੋ ਵਸਦੇ ਰਹੋ ਸ਼ੇਅਰ ਕਰ ਦਿਓ ਜੀ ਆਸਟ੍ਰੇਲੀਆ ਵਾਲਿਆਂ ਨੂੰ ਜ਼ਰੂਰ ਦਿਖਾਓ ਤੇ ਬ੍ਰੈਡਲੇ ਔਖਾ ਤੇਰਾ ਪਤੰਦਰਾ ਓਕੇ ਜੀ ਅਦਿਓਸ ਵਿਚਾਰ ਜਰੂਰ ਦਿਓ ਕਿੱਦਾਂ ਦੀ ਲੱਗੀ ਪਰਦਾ ਸਾਰਿਆਂ ਦੇ ਵਿਚਾਰ ਬਿੱਲ ਹੈ ਅੱਜ ਸ਼ਨੀਵਾਰ ਅਦਿਓਸ